ਆਲ ਪੰਜਾਬ ਟਰੱਕ ਯੂਨੀਅਨ ਦੇ ਸੱਦੇ ਤੇ ਪੰਜਾਬ ਦੀਆਂ ਟਰੱਕ ਯੂਨੀਅਨ ਭੰਗ ਨੂੰ ਲੈ ਕੇ ਟਰੱਕ ਯੂਨੀਅਨ ਲਹਿਰਾ ਗਾਗਾ ਦੇ ਸਮੂਹ ਟਰੱਕ ਆਪਰੇਟਰਾਂ ਨੇ ਸ਼ਹਿਰ ਵਿੱਚ ਆਲ ਪੰਜਾਬ ਟਰੱਕ ਯੂਨੀਅਨ ਦੇ ਵਾਈਸ ਪ੍ਰਧਾਨ ਰਾਮਪਾਲ ਸਿੰਘ ਭੈਣੀਵਾਲ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਹੈਪੀ ਦੀ ਅਗਵਾਈ ਵਿੱਚ ਰੋਸ ਮਾਰਚ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਸਨੇ ਬਹੁਤ ਹੀ ਮੰਦਭਾਗਾ ਅਤੇ ਗਲਤ ਫੈਸਲਾ ਕਰਿਆ ਇਹਨੂੰ ਵਾਪਸ ਲਿਆ ਜਾਵੇ, ਕਿਉਂਕਿ ਪਹਿਲਾਂ ਹੀ ਇੱਥੇ ਤਾਂ ਪੰਜਾਬ 'ਚ ਬਹੁਤ ਕੁਛ ਹੋ ਰਿਹਾ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਬੇਰੁਜ਼ਗਾਰੀ ਬਹੁਤ ਹੈ, ਇਹ ਜਿਹੜਾ ਛੋਟਾ ਮੋਟਾ ਰੁਜ਼ਗਾਰ ਹੈ ਸਾਡਾ ਇਹ ਨਾ ਖਤਮ ਕੀਤਾ ਜਾਵੇ। ਲਾਰੇ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ, ਚੈਨਲ 2।